ਜੋ ਸਾਡੀ ਟਰੈਕਟਰ ਪਰੇਡ ਹੈ ਉਹ ਇੱਕ ਵਰਲਡ ਲੈਵਲ 'ਤੇ ਇਤਿਹਾਸ ਰਚਨ ਜਾ ਰਹੀ ਹੈ ਵੀ ਇੰਨੀ ਔਰ ਸ਼ਾਸਨ ਦੇ ਵਿੱਚ ਅਤੇ ਇੰਨੀ ਵੱਡੀ ਪਰੇਡ ਇੰਨੀ ਗਿਣਤੀ ਦੇ ਵਿੱਚ ਪਰੇਡ ਕਦੀ ਨਾ ਹੋਈ ਅਤੇ ਨਾ ਹੋਈ। ਗਣਤੰਤਰ ਪਰੇਡ ਹੈ ਜਿਹੜੀ ਜੀ, ਅਸੀਂ ਜਾ ਕੇ ਉੱਥੇ ਜੀ ਆਪਣਾ ਰੋਸ ਜ਼ਾਹਰ ਕਰਨਾ ਜੀ, ਅਸੀਂ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਜਾ ਰਹੇ ਹਾਂ ਜੀ ਉੱਥੇ। ਹੌਲੀ 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 ਪਹਿਲੀ ਵਾਰੀ ਹੋਵੇਗਾ ਔਰ ਤਨ ਤਨ ਅੰਨਦਾਤਾ ਜਿਵੇਂ ਗੁਰੂ ਕੇ ਲੰਗਰ ਇਹ ਗੁਰੂਆਂ ਪੀਰਾਂ ਦੀ ਧਰਤੀ, ਇਹਨਾਂ ਨੇ ਲੰਗਰ ਲਾ ਕੇ ਉੱਥੇ ਪਹੁੰਚਾਏ, ਦਵਾਈਆਂ ਪਹੁੰਚਾਈਆਂ। ਅਸੀਂ ਕੋਈ ਜਥੇਬੰਦੀ ਝੰਡਾ ਲਾਇਆ ਜੀ, ਅਸੀਂ ਤਾਂ ਸਿਰਫ ਕਿਸਾਨੀ ਕਰਕੇ ਆਏ ਜੀ, ਜਿਹੜੇ ਵੀ ਪਾਰਟੀ ਬਾਜੀਆਂ ਦੀਆਂ ਉਹ ਅਸੀਂ ਸਾਰੀਆਂ ਪਿੰਡ ਛੱਡਿਆ ਜੀ ਉਰੇ। ਸਾਨੂੰ ਕੋਈ ਸਾਡੇ ਆਏ ਨਹੀਂ ਗਾ ਵੀ ਸਾਡੇ ਨਾਲ ਕੋਈ ਫਲਾਣੀ ਪਾਰਟੀ ਦਾ ਬੰਦਾ ਜਾਂ ਧਮਕੀ ਦਾ, ਸਾਨੂੰ ਕੋਈ ਉਹ ਨਹੀਂ ਉਰੇ, ਅਸੀਂ ਸਾਰੇ ਇੱਕਜੁੱਟ ਹੋ ਕੇ ਆਏ ਹਾਂ ਜੇ ਕੱਲ੍ਹ ਦੀ ਪਰੇਡ ਵਾਸਤੇ ਸਾਡੇ 'ਚ ਪੂਰਾ ਉਤਸ਼ਾਹ। ਬਾਕੀ ਸਾਡੀ ਜਥੇਬੰਦੀਆਂ ਨੇ ਸਾਨੂੰ ਦੱਸਤਾ ਸੀਗਾ ਵੀ ਸ਼ਾਂਤਮਈ ਢੰਗ ਨਾਲ ਅਸੀਂ ਨੇ ਸਾਰੀ ਪਰੇਡ ਕਰਨੀ ਆ, ਕੋਈ ਹੁਲੜਬਾਜ਼ੀ ਨਹੀਂ ਕਰਨੀ ਹੈਗੀ, ਕੱਲ੍ਹ ਨੂੰ ਪਰੇਡ ਦੇ ਵਿੱਚ ਸਾਡਾ ਸਾਰਾ ਜਥਾ ਸ਼ਾਮਿਲ ਹੋਊਗਾ। ਬਾਕੀ ਸਾਡੇ ਮੂਹਰੇ ਹੋਰ ਪਿੰਡ ਦੇ ਸੀਨੀਅਰ ਬੰਦੇ ਗਏ ਹੋਏ ਨੇ, ਉਹ ਜਿਵੇਂ ਸਾਨੂੰ ਉੱਥੇ ਦੱਸਣਗੇ। ਅੱਜ ਤਕਰੀਬਨ ਅਸੀਂ ਰਾਤ ਨੂੰ 9-10-11 ਵਜੇ ਉੱਥੇ ਪਹੁੰਚ ਜਾਣਾ ਸਿੰਘੂ ਬਾਰਡਰ 'ਤੇ, ਉਹ ਜਿਵੇਂ ਸਾਨੂੰ ਦੱਸਣਗੇ ਵੀ ਐਂ ਜਿਵੇਂ ਵੀ ਲਾਈਨ ਦੇ ਵਿੱਚ ਬਣਾ ਕੇ ਸਾਨੂੰ ਤੁਰਨਗੇ, ਉਵੇਂ ਅਸੀਂ ਉਹਨਾਂ ਦੇ ਪਿੱਛੇ ਉਵੇਂ ਪਰੇਡ ਕਰਾਂਗੇ ਜਿਵੇਂ ਵੀਡੀਓ ਕਹਿਣਗੇ। ਅਸੀਂ ਜੋ ਕਿ ਦਿੱਲੀ ਵਿੱਚ ਸੰਘਰਸ਼ ਚੱਲ ਰਿਹਾ ਜੀ, ਇਹਦੇ ਬਾਬਤ ਗੁਰੂ ਦਾ ਲੰਗਰ ਸਾਰੇ ਸ਼ਹਿਰ ਦੇ ਸੰਯੋਗ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਪਾਤਣ ਦੇ ਸੰਯੋਗ ਕਮੇਟੀ ਵੱਲੋਂ, ਸਮੂਹ ਪ੍ਰਧਾਨ, ਸਮੂਹ ਕਮੇਟੀ, ਸਮੂਹ ਸ਼ਹਿਰ ਨਿਵਾਸੀਆਂ ਦੇ ਸੰਯੋਗ ਨਾਲ ਇਹ ਅਸੀਂ ਤੀਜਾ ਲੰਗਰ ਲਗਾ ਰਹੇ ਹਾਂ ਜੀ। ਇਸ ਤੋਂ ਪਹਿਲਾਂ ਅਸੀਂ ਦੋ ਵਾਰ ਦਿੱਲੀ ਦੇ ਗਏ ਲੰਗਰ ਲੱਗੇ ਜੀ, ਅਤੇ ਅੱਜ ਸਾਰਾ ਦਿਨ ਅੱਜ ਸੰਗਤ ਜੋ ਜਾ ਰਹੀ ਹੈ ਮੋਰਚੇ 'ਤੇ ਜੀ, ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਜਿਹੜੇ ਸਾਡੇ 3 ਕਾਨੂੰਨ ਮੋਦੀ ਨੇ ਬਣਾਏ ਨੇ ਜੀ, ਜਿੰਨਾ ਚਿਰ ਉਹ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਸੰਘਰਸ਼ ਸਾਡਾ ਜਾਰੀ ਰਹੇਗਾ ਜੀ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਦੇ ਲੰਗਰ ਚੱਲਦੇ ਰਹਿਣਗੇ ਜੀ। ਅਸੀਂ ਆਪਣੇ 5-4 ਦੋਸਤ ਆਪਦੀ ਜੀਪ 'ਚ ਜਾ ਰਹੇ ਹਾਂ ਜੀ, ਆਪਣਾ ਬੋਰੀ ਬਿਸਤਰਾ ਨਾਲ ਆ ਸਾਡੇ ਜੀ। ਗਣਤੰਤਰ ਪਰੇਡ ਹੈ ਜਿਹੜੀ ਜੀ, ਅਸੀਂ ਜਾ ਕੇ ਉੱਥੇ ਜੀ ਆਪਣਾ ਰੋਸ ਜ਼ਾਹਰ ਕਰਨਾ ਜੀ, ਅਸੀਂ ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਜਾ ਰਹੇ ਹਾਂ ਜੀ ਉੱਥੇ। ਹੁਣ ਤੱਕ ਲੱਖਾਂ ਕਿਸਾਨ ਬੀਬੀਆਂ ਭੈਣਾਂ ਸਮੇਤ ਦਿੱਲੀ ਦੀਆਂ ਸਾਰੀਆਂ ਹੱਦਾਂ ਉਹਨਾਂ ਨੇ ਘੇਰ ਲਈਆਂ ਨੇ, ਔਰ ਨਰਿੰਦਰ ਮੋਦੀ ਸਰਕਾਰ 'ਤੇ ਦਬਾਅ ਬਣਾਉਣ ਵਾਸਤੇ ਕੱਲ੍ਹ ਦੀ ਜਿਹੜੀ ਕਿਸਾਨ ਪਰੇਡ ਉਹਦੇ 'ਚ ਸ਼ਾਮਿਲ ਹੋਣ ਲਈ ਹੁਣ ਸਰਸੇ ਵਿੱਚੋਂ ਕਾਰਾਂ ਦੁਆਰਾ ਬਹੁਤ ਵੱਡੇ ਕਾਫਲੇ ਲਗਾਤਾਰ ਦਿੱਲੀ ਵੱਲ ਵੱਧ ਰਹੇ ਨੇ। ਵੱਖ ਜਥੇਬੰਦੀਆਂ ਦਿੱਲੀ ਪਹੁੰਚ ਰਹੀਆਂ ਨੇ, ਅਤੇ ਅੱਜ ਵੀ ਅਸੀਂ ਬਣੀ ਰਾਣੀਆਂ ਢਾਣੀ ਰਾਮ ਸਿੰਘਪੁਰਾ ਸਰਸਾ ਏਰੀਆ ਤੋਂ ਹਜ਼ਾਰਾਂ ਦੀ ਸੰਖਿਆ 'ਚ ਦਿੱਲੀ ਜਾ ਰਹੇ ਹਾਂ। ਧਰਨੇ ਦੇ ਇਸ ਸੰਘਰਸ਼ ਦੇ ਪ੍ਰਤੀ ਲੋਕਾਂ 'ਚ ਇੰਨਾ ਜਨੂੰਨ ਹੈ ਕਿ ਝੰਡੇ ਹੀ ਨਹੀਂ ਮਿਲ ਰਹੇ, ਕਿਸਾਨੀ ਝੰਡੇ ਅਤੇ ਰਾਸ਼ਟਰੀ ਝੰਡੇ, ਝੰਡਿਆਂ ਦੀ ਥੋੜ੍ਹ ਆ ਚੁੱਕੀ ਹੈ।